श्रोमणी अकाली दल दे प्रधान अते साबका उप मुख्यमंत्री सुखबीर सिंह बादल ने अज पंजाब दे मुख्यमंत्री भगवंत मान उते निशाना साध्या। उन्हां पंजाब सरकार अते दिल्ली सरकार विचाले होए समझौते दी निखेधी करदिआं कहा कि भगवंत मान ने मुख्यमंत्री दी कुर्सी बचाउण लई सारे पंजाब नूं अरविंद केजरीवाल कोल गिरवी रख दित्ता है। सुखबीर बादल ने कहा कि अरविंद केजरीवाल ने पंजाब दे मुख्यमंत्री अते मंत्रियां नूं बंदी बना लिया, इसे लई राजपाल नूं मीटिंग लई मना करके मुख्यमंत्री दिल्ली चले गए। उन्हां कहा कि अज जिहड़ा समझौता होया उस तों बाद पंजाब दा मुख्यमंत्री भगवंत मान नहीं बल्कि अरविंद केजरीवाल बन गए ने। उन्हां कहा कि दिल्ली दा मुख्यमंत्री जदों चाहे किसी भी महकमे दे किसी भी अफसर नूं कोई भी हुक्म दे सकदा है अते पंजाब अंदर हुण दिल्ली दीआं नीतियां चलणगीआं। सुखबीर बादल ने कहा कि पंजाब दे लोकां ने भगवंत मान नूं पंजाब दा मुख्यमंत्री इस लई नहीं बनाया कि उह अपने सूबे दे हक किसी होर सूबे नूं दे देवे। उन्हां कहा कि श्रोमणी अकाली दल अते पंजाब दी जनता इस नूं कदे भी बर्दाश्त नहीं करेगी। ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੰਤਰੀਆਂ ਨੂੰ ਬੰਦੀ ਬਣਾ ਲਿਆ ਕੇਜਰੀਵਾਲ ਸਰਕਾਰ ਨੇ। ਜਦੋਂ ਮੀਡੀਆ ਨੇ ਰੌਲਾ ਪਾਇਆ, ਜਦੋਂ ਕੇਜਰੀਵਾਲ ਮੁੱਖ ਮੰਤਰੀ ਨੇ ਦਿੱਲੀ ਪਾਵਰ ਮਹਿਕਮੇ ਨੂੰ, ਬਿਜਲੀ ਮਹਿਕਮੇ ਨੂੰ ਬੁਲਾਇਆ, ਸੈਕਟਰੀ ਉੱਥੇ ਗਏ, ਚੀਫ ਸੈਕਟਰੀ ਨੂੰ ਬੁਲਾਇਆ, ਉਦੋਂ ਮੀਡੀਆ ਵਿੱਚ ਬੜਾ ਹਲਚਲ ਹੋਈ। ਉਸੇ ਟਾਈਮ ਪੰਜਾਬ ਦੇ ਗਵਰਨਰ ਸਾਹਿਬ ਨੇ ਫਿਰੋਜ਼ਪੁਰ ਇੱਕ ਮੀਟਿੰਗ ਸੱਦੀ, ਜਿੱਥੇ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਚੀਫ ਸੈਕਟਰੀ ਨੇ ਲਿਖਿਆ ਪੰਜਾਬ ਦੇ ਗਵਰਨਰ ਨੂੰ, ਮੈਂ ਨਹੀਂ ਆ ਸਕਦਾ, ਮੈਨੂੰ ਦਿੱਲੀ ਦੇ ਚੀਫ ਮਿਨਿਸਟਰ ਕੇਜਰੀਵਾਲ ਨੇ ਬੁਲਾਇਆ ਮੀਟਿੰਗ ਵਾਸਤੇ, ਅਤੇ ਪੰਜਾਬ ਦੇ ਗਵਰਨਰ ਨੂੰ ਨਾ ਕਰ ਦਿੱਤੀ ਕਿਉਂਕਿ ਸਾਰਾ ਕੁਛ ਹੀ ਕੇਜਰੀਵਾਲ ਕੰਟਰੋਲ ਕਰ ਲਿਆ। ਪੰਜਾਬ ਦੇ ਚੀਫ ਮਿਨਿਸਟਰ ਨਾਲ ਤਾਂ ਕੋਈ ਪੁੱਛ ਹੀ ਨਹੀਂ ਰਿਹਾ। ਜਦੋਂ ਸਾਰਾ ਰੌਲਾ ਪਿਆ, ਕੇਜਰੀਵਾਲ ਨੇ ਕਿਹਾ ਹੁਣ ਮੈਂ ਓਫਿਸ਼ਲੀ ਕਿਵੇਂ ਕੰਟਰੋਲ ਕਰ ਸਕਦਾ। ਅੱਜ ਜੋ ਉਹਨਾਂ ਨੇ ਆ ਅਗਰੀਮੈਂਟ ਕੀਤਾ, ਇਹਦਾ ਮਤਲਬ ਕੀ ਹੈ? ਅੱਜ ਦੇ ਬਾਅਦ ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਨਹੀਂ, ਅੱਜ ਦੇ ਬਾਅਦ ਪੰਜਾਬ ਦਾ ਚੀਫ ਮਿਨਿਸਟਰ ਕੇਜਰੀਵਾਲ ਬਣ ਗਿਆ। ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦਾ ਮਤਲਬ ਕੀ ਹੈ, ਅਗਰੀਮੈਂਟ ਦਾ ਮਤਲਬ ਕੀ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਕਦੋਂ ਮਰਜ਼ੀ ਅਫਸਰਾਂ ਨੂੰ ਬੁਲਾ ਸਕਦਾ ਹੈ, ਕਿਸੇ ਮਰਜ਼ੀ ਮਹਿਕਮੇ ਦੇ ਅਫਸਰਾਂ ਨੂੰ ਬੁਲਾ ਸਕਦਾ ਹੈ, ਉਹਨਾਂ ਨਾਲ ਕੁਛ ਜਿੰਨੀ ਮਰਜ਼ੀ ਤੋਂ ਮਰਜ਼ੀ ਜੀ ਕਰੇ ਮੀਟਿੰਗ ਕਰ ਸਕਦਾ ਹੈ, ਜੋ ਆਦੇਸ਼ ਦੇਣੇ ਉਹਨੂੰ ਦੇ ਸਕਦਾ ਹੈ ਅਤੇ ਜੋ ਇੰਪਲੀਮੈਂਟ ਕਰਨੀਆਂ ਦੇ ਸਕਦਾ ਹੈ। ਪੰਜਾਬ ਹਰ ਸੂਬੇ ਦੀ ਆਪਣੀਆਂ ਸੀਕਰੇਟਸ ਹੁੰਦੀਆਂ, ਆਪਣੇ ਪੋਲਸੀਜ਼ ਹੁੰਦੀਆਂ। ਆ ਪਹਿਲੀ ਵਾਰ ਦੇਖਿਆ ਹਿੰਦੁਸਤਾਨ 'ਚ ਕਿਸੇ ਮੁੱਖ ਮੰਤਰੀ ਦੂਜੀ ਸਟੇਟ ਨੂੰ ਟੇਕ ਓਵਰ ਕਰ ਰਿਹਾ ਹੋਏ, ਅਤੇ ਲਾਲਤ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਇਹਨਾਂ ਆਮ ਆਦਮੀ ਪਾਰਟੀ ਦੀ। ਤੁਸੀਂ ਇੰਨਾ ਝੁੱਕ ਗਏ ਹੋ ਆਪਣੀ ਕੁਰਸੀ ਬਚਾਉਣ ਵਾਸਤੇ, ਇੰਨੇ ਡਰ ਗਏ ਹੋ ਕਿ ਤੁਸੀਂ ਪੰਜਾਬ ਸੂਬਾ ਹੀ ਦਿੱਲੀ ਨੂੰ ਦੇ ਦਿੱਤਾ। ਬਿਊਰੋ ਰਿਪੋਰਟ, ਪ੍ਰਵਾਸੀ ਟੀਵੀ। ਪਲੀਜ਼ ਸਬਸਕ੍ਰਾਈਬ ਪ੍ਰਵਾਸੀ ਟੀਵੀ ਐਂਡ ਪ੍ਰੈਸ ਦ ਬੈਲ ਆਈਕਨ।